ਅਲਹਮਦੁਲਿਲਾ ਜੀ, ਅਸੀਂ ਗਏ ਵਾ ਸਾਹਿਬ ਬੇਰੇ ਅੱਗੇ ਤੁਹਾਨੂੰ ਵਲੋਗ ਵਿੱਚ ਸਾਰੀ ਸਟੋਰੀ ਦਾ ਪਤਾ ਲੱਗ ਗਿਆ ਸੀ ਅਤੇ ਜੀ ਹੁਣ ਅਸੀਂ ਬੇਰੇ ਆ ਗਏ ਹਾਂ ਵਾਪਸ ਰਸਤੇ ਵਿੱਚ ਹੀ ਹਾਂ। ਜਿਹੜੇ ਇੱਥੋਂ ਦੇ ਰਿਹਾਇਸ਼ੀ ਹਨ ਉਹਨਾਂ ਨੇ ਪਤਾ ਸੀ ਬਾਈ ਬੇਰੇ ਤੋਂ ਬੁਲਵਾਲ ਵਾਲਾ ਇਹ ਰੋਡ ਹੈ, ਅਤੇ ਵੇਖ ਸਕਦੇ ਹੋ ਤੁਸੀਂ ਮੈਂ ਸੁਬਹਾ ਸੁਬਹਾ ਦਾ ਟਾਈਮ ਹੈ, ਟਰੈਕਟਰ ਲੈਣ ਗਏ ਵਾ ਸਾ ਕੱਲ੍ਹ, ਅਸੀਂ ਸ਼ਾਮ ਨੂੰ ਵਿਹਲੇ ਹੋ ਗਿਆ ਸਾ ਤਾਂ ਅੱਜ ਸੁਬਹਾ ਸੁਬਹਾ ਅਸੀਂ ਲੈਣ ਗਏ ਵਾ ਸਾ ਟਰੈਕਟਰ। ਅਤੇ ਇਹ ਵੇਖ ਸਕਦੇ ਹੋ ਇੰਡਸਟਰੀ ਏਰੀਆ ਹੈ ਇੱਥੋਂ ਦੇ ਰਿਹਾਇਸ਼ੀ ਹਨ, ਤਾਂ ਸਾਰਾ ਪਤਾ ਸੀ ਤੇਰਾ ਚੱਕ ਦੇ ਏਰੀਏ 'ਚ ਬੜਾ ਵੱਡਾ ਇੰਡਸਟਰੀ ਏਰੀਆ ਬਣਿਆ, ਚਾਈਨਾ ਵਾਲੇ ਇੱਥੇ ਆ ਕੇ ਫੈਕਟਰੀਆਂ ਲਾ ਰਹੇ ਹਨ। ਅਤੇ ਬਾਕੀ ਜਿੰਨਾ ਮੇਰੇ ਵਿਊਵਰਾਂ ਨਹੀਂ ਪਤਾ ਮੈਂ ਉਹਨਾਂ ਦੱਸ ਛੱਡਾਂ ਕਿ ਅੰਦਰ ਬੜੀ ਬੜੀ ਵੱਡੀ ਫੈਕਟਰੀ ਲਾ ਦਿੱਤੀ ਚਾਈਨਾ ਵਾਲਿਆਂ, ਤਾਂ ਇਹ ਚਾਈਨਾ ਤਾਂ ਪਾਕਿਸਤਾਨ ਵਾਲਿਆਂ ਦੀ ਯਾਨੀ ਇੰਡਸਟਰੀ ਏਰੀਆ ਵੇ, ਅੰਦਰ ਬੜੀ ਵੱਡੀਆਂ ਵੱਡੀਆਂ ਫੈਕਟਰੀਆਂ ਅਤੇ ਉਹ ਸਾਰਾ ਸਿਸਟਮ ਲੱਗ ਹੋਇਆ। ਮੈਂ ਪਹੁੰਚ ਗਿਆ ਜੀ ਘਰ, ਅਤੇ ਟਰਾਲੀ ਪੰਚਰ ਆਈ, ਉਹਨੂੰ ਪੰਚਰ ਪੇ ਲਵਾਉਂਦੇ ਹਾਂ, ਲਵਾਉਣ ਤੋਂ ਬਾਅਦ। ਅਸਲਾਮ ਅਲੈਕੁਮ ਜੀ, ਸੁਣਾਓ ਕੀ ਹਾਲ ਚਾਲ ਨੇ, ਠੀਕ ਹੋ? ਉਮੀਦ ਕਰਦਾ ਤੁਸੀਂ ਸਾਰੇ ਖੈਰ ਖਰੀਏ ਨਾਲ ਹੋ, ਸੋ ਠੀਕ ਠਾਕ ਹੋ ਸੋ, ਤਾਂ ਵੈਲਕਮ ਹੋ ਗਿਆ ਤੁਹਾਡਾ ਇੱਕ ਨਵੇਂ ਵਲੌਗ ਦੇ ਅੰਦਰ। ਅਤੇ ਯਾਰ ਸਾਰਿਆਂ ਨਾਲੋਂ ਪਹਿਲ ਮੈਂ ਤੁਹਾਨੂੰ ਸਾਰਿਆਂ ਨੂੰ ਸੋਰੀ ਕਰਨਾ ਚਾਹੁੰਦਾ ਕਿ ਮੈਂ ਇਤਨੇ ਦਿਨ ਜਿਹੜਾ ਨਾ ਮੈਂ ਵਲੌਗ ਨਹੀਂ ਪੋਸਟ ਕਰ ਸਕਿਆ, ਵਜ੍ਹਾ ਵੀ ਮੈਂ ਤੁਹਾਨੂੰ ਦੱਸ ਛੱਡਾਂ, ਅਗਰ ਤੁਹਾਡੀ ਮਰਜ਼ੀ ਹੋਈ ਤਾਂ ਮੈਨੂੰ ਮਾਫ਼ ਕਰ ਛੱਡਿਆ, ਨਹੀਂ ਤਾਂ ਜਿਹੜਾ ਨਾ ਵੀਡੀਓ ਨੂੰ ਲਾਈਕ ਵੀ ਕਰ ਛੱਡਿਆ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਛੱਡਿਆ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤਾਂ ਆਉਂਦੀ ਰਹੇ। ਵਜ੍ਹਾ ਇਹ ਬਣੀ ਕਿ ਜਨਾਬ ਇਹ ਦੋ ਹਫ਼ਤੇ ਮੈਂ ਵਲੌਗ ਕੋਈ ਨਹੀਂ ਪੋਸਟ ਕੀਤਾ, ਜਿੰਝ ਈਦ ਦੀਆਂ ਛੁੱਟੀਆਂ ਖਤਮ ਹੋਈਆਂ, ਕੰਮ ਦਾ ਇਤਨਾ ਜ਼ਿਆਦਾ ਜਿਹੜਾ ਨਾ ਬਰਡਨ ਪੈ ਗਿਆ ਜਿਸ ਦੀ ਕੋਈ ਹੱਦ ਹੀ ਨਹੀਂ। ਅਸੀਂ ਜੀ ਪਹਿਲੇ ਤੋਂ ਟਰੈਕਟਰ ਲੈ ਕੇ ਲੱਗ ਗਏ ਹਾਂ, ਦੋ ਲੈ ਕੇ ਗਏ ਅਸੀਂ, ਜਿਹੜਾ ਮੇਰਾ ਬਲੇਡ ਵਾਲਾ ਅਤੇ ਦੂਜਾ ਜਿਸ ਦੇ ਅੱਗੇ ਬੰਪਰ ਲੱਗ ਹੋਇਆ, ਅਸੀਂ ਲੱਗ ਗਏ ਹਾਂ ਜੀ ਬੇਰੇ। ਉੱਥੇ ਸਿਵਲ ਹਸਪਤਾਲ ਪੇ ਬਣਦਾ ਯਾਨੀ ਸਰਕਾਰੀ ਹਸਪਤਾਲ ਬਣਿਆ ਜਿਸ ਦੀ ਉੱਥੇ ਅਸੀਂ ਬਰਥੀ ਪਾਉਣੀ ਆਈ, ਸਾਨੂੰ ਚਾਰ ਪੰਜ ਜਿਹੜੇ ਉਹਦੇ ਲੱਗ ਗਏ। ਅਤੇ ਬੜਾ ਪਿਆਰਾ ਹੀ ਮੌਸਮ ਆ ਯਾਨੀ ਦਰਿਆ ਦੇ ਬਿਲਕੁਲ ਕਰੀਬ, ਅਤੇ ਬੇਰੇ ਬਣਿਆ ਜਿਹੜੇ ਇੱਥੋਂ ਦੇ ਬੇਰੇ ਦੇ ਰਿਹਾਇਸ਼ੀ ਨੂੰ ਉਹਨਾਂ ਨੂੰ ਪਤਾ ਸੀ ਬਈ ਉਹ ਕਿਹੜੀ ਜਾਏ ਪਿਆ ਬਣਦਾ, ਅਤੇ ਜਿਸ ਦੀ ਵਜ੍ਹਾ ਤੋਂ ਮੈਂ ਪੰਜ ਛੇ ਦਿਹਾੜੇ ਉਹਦੇ ਲੱਗ ਗਏ, ਬਟ ਉਦੋਂ ਆਇਆ ਅਤੇ ਕੁਝ ਜਿਹੜਾ ਨਾ ਚਾਰ ਪੰਜ ਦਿਹਾੜੇ ਇੱਥੇ ਲੱਗ ਗਏ ਜਿਸ ਦੀ ਵਜ੍ਹਾ ਤੋਂ ਮੈਂ ਵਲੌਗ ਨਾ ਪੋਸਟ ਕਰ ਸਕਿਆ। ਨਾਲ ਮਸਰੂਫੀਅਤ ਇਤਨੀ ਹੁੰਦੀ ਬਈ ਜਿਸ ਜਿਹੜੇ ਅਸੀਂ ਬਹਿਰਾ ਕਹਿ ਰਹੇ ਹਾਂ, ਕਮ ਅਜ਼ ਕਮ ਵੀ ਦੋ ਹਫ਼ਤੇ ਦਾ ਹੀ, ਲੇਕਿਨ ਅਸੋ ਪੰਜ ਦਿਨ ਵਿੱਚ ਮੁਕਾਇਆ ਦਿਨ ਰਾਤ ਚੱਲ ਕੇ, ਅਤੇ ਉਹ ਕੰਮ ਖਤਮ ਕੀਤਾ। ਕੰਮ ਖਤਮ ਕਰਨ ਤੋਂ ਬਾਅਦ ਦੇ ਆਇਆ, ਹੁਣ ਮੈਂ ਆਖਿਆ ਚਲੋ ਅੱਜ ਜਿਹੜਾ ਨਾ ਅੱਜ ਬਸ, ਕੱਲ੍ਹ ਬਾਰਿਸ਼ ਹੋ ਗਈ ਇੱਥੇ ਵੀ, ਉਹ ਮਿੱਟੀ ਖਤਮ ਹੋ ਗਈ, ਅੱਜ ਸਾਨੂੰ ਉਂਝ ਵੀ ਛੁੱਟੀ ਆਈ ਲੇਕਿਨ ਇਤਨੀ ਖਾਸ ਬਾਰਿਸ਼ ਕੋਈ ਨਹੀਂ ਹੋਈ, ਵੇਖ ਸਕਦੇ ਹੋ ਜਾਈ ਤੁਸੀਂ ਸੁੱਕੀਆਂ ਪਈਆਂ। ਅਤੇ ਮੈਂ ਆਖਿਆ ਚਲੋ ਅੱਜ ਛੁੱਟੀ ਕਰਨੀ, ਮੇਰੀ ਨਾਲ ਕੱਲ੍ਹ ਸਿਹਤ ਖਰਾਬ ਹੋ ਗਈ, ਮੈਂ ਇੱਕ ਜਿਹੜਾ ਨਾ ਗਲਤ ਕੰਮ ਕਰ ਬੈਠਾ, ਸੋ ਇਹ ਕਿ ਮੇਰੀ ਕੱਲ੍ਹ ਸਿਹਤ ਖਰਾਬ ਹੋ ਗਈ। ਉਹ ਇਹ ਖਰਾਬ ਹੋਈ ਕਿ ਮੈਂ ਬੰਪਰ ਵਾਲਾ ਟਰੈਕਟਰ ਜਿਹਦੇ ਉੱਤੇ ਮੇਰੇ ਛੱਤ ਕੋਲ ਨਹੀਂ ਲੱਗੋ, ਚਾਚੂ ਚਲਾਉਂਦੇ ਪੈਣ, ਗਰਮੀ ਆਈ ਕੱਲ੍ਹ ਬੜੀ ਜ਼ਿਆਦਾ ਗਰਮੀ ਆਈ, ਆਹ ਚਾਰ ਪੰਜ ਦਿਹਾੜਾ ਤੋਂ ਬੜੀ ਗਰਮੀ ਪਈ ਪਾਉਂਦੀ। ਮੈਂ ਉਹ ਆਖਿਆ ਚਾਚੂ ਤੁਸੀਂ ਜਿਹੜਾ ਨਾ ਬਲੇਡ ਵਾਲੇ ਟਰੈਕਟਰ ਤਾਂ ਬਣ ਜਾਓ ਉਹਦੇ ਉੱਤੇ ਛੱਤ, ਅਤੇ ਮੈਂ ਚਲੋ ਖੈਰ ਗਰਮੀ ਬਰਦਾਸ਼ਤ ਕਰ ਲੈ ਸਾਂ। ਅਤੇ ਉਹ ਵੱਧ ਜਿਹੜਾ ਚਾਚੂ ਹਰੀ ਦੇ ਟਰੈਕਟਰ 'ਤੇ ਮੈਂ ਬੈਠਾ ਜਿੱਦਾਂ ਬੰਪਰ ਲੱਗੋ ਹੋਇਆ, ਤਾਂ ਟਰੈਕਟਰ ਉੱਤੇ ਛੱਤ ਆ ਕੋਈ ਨਾ, ਜਿਸ ਦੀ ਵਜ੍ਹਾ ਤੋਂ ਮੈਂ ਸਾਰੀ ਦਿਹਾੜ ਧੁੱਪ ਵਿੱਚ ਰਿਹਾ, ਤਾਂ ਜਿਸ ਟਾਈਮ ਬਾਹਰ ਦਾ ਟਾਈਮ ਹੋਇਆ ਨਾ, ਤਾਂ ਮੈਂ ਇੰਝ ਕੀਤਾ ਬਈ ਉਹ ਜਲਦੀ ਜਲਦੀ ਇਤਨੀ ਜ਼ਿਆਦਾ ਗਰਮੀ ਲੱਗੀ ਹੋਈ ਜਿਸ ਦੀ ਵਜ੍ਹਾ ਤੋਂ ਮੈਂ ਨਾ ਨਲਕੇ ਠੱਠ ਪਾਣੀ ਨਿਕਲਿਆ ਤਾਂ ਨਹਾਤਾ। ਉਹ ਬਾਅਦ ਸ਼ਾਮ ਤੱਕ ਤਾਂ ਮੈਂ ਚੱਲਦਾ ਰਿਹਾ, ਮੈਂ ਥੋੜ੍ਹੀ ਦੇਰ ਖੇਡਿਆ ਵੀ ਆ ਕੇ, ਖੇਡਣ ਤੋਂ ਬਾਅਦ ਜਿਉਂ ਬੁਖਾਰ ਚੜਿਆ ਨਾ ਜੀ, ਅਤੇ ਸੁਬਹਾ ਤੱਕ ਉਸ ਮੈਂ ਇਤਨੇ ਤੰਗ ਕੀਤਾ ਨਾ, ਮੈਂ ਕੋਈ ਸ਼ੈ ਖਾਧੀ ਨਾ ਪੀਤੀ, ਪਰ ਰਾਤੀ ਇਹ ਅੱਬੂ ਹਰੀ ਕੋਈ ਖੁਰਾਕ ਬਣਵਾ ਲਿਆ ਹਨ, ਉਹ ਖਾਧੀ, ਅਤੇ ਜਿਸ ਦੀ ਵਜ੍ਹਾ ਨਾਲ ਮੈਂ ਆਰਾਮ ਬਣਿਆ, ਅਤੇ ਮੈਂ ਹੁਣ ਤੁਹਾਡੇ ਸਾਹਮਣੇ ਖਲੋਤਾ। ਸੁਬਹਾ ਸੁਬਹਾ ਉੱਠਿਆ, ਦਸ ਵਜੇ ਮੈਂ ਉੱਠਿਆ, ਨਹਾਤਾ ਦੋ ਤਾਂ ਕੱਪੜੇ ਛੱਪੜੇ ਚੇਂਜ ਕੀਤੇ, ਹੁਣ 11 ਦਾ ਟਾਈਮ ਹੈ, ਮੈਂ ਕਿਹਾ ਅੱਜ ਮੈਂ ਆਪਣੇ ਭਾਈਆਂ ਨਾਲ ਵਲੌਗ ਲਾਜ਼ਮੀ ਬਣਾਉਣਾ, ਅੱਜ ਕਿ ਮੇਰੀ ਹਾਲਤ ਨਹੀਂ ਵਲੌਗ ਬਣਾਉਣ ਵਾਲੀ, ਮੈਂ ਥਕਾਵਟ ਇਤਨੀ ਕੋਈ ਹੋਈ। ਅਤੇ ਨਾਲ ਮੈਂ ਆਖਿਆ ਨੈੱਟ ਵੇਖ ਸਾਂ, ਇਹ ਵੇਖ ਸਕਦੇ ਹੋ ਇੱਕ ਦੋ ਜਾਈ ਪਾਣੀ ਜਿਹੜਾ ਖਲੋਤਾ, ਅਤੇ ਇਨਸ਼ਾਅੱਲਾ ਜਿਹੜਾ ਅੱਜ ਲਾਜ਼ਮੀ ਖੇਡਾਂ, ਅੱਜ ਤੁਹਾਨੂੰ ਗੇਮ ਦੀ ਵੀ ਵੀਡੀਓ ਵੇਖਾਂ, ਅਤੇ ਨਾਲ ਜਿਹੜਾ ਨਾ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਸਾਂ। ਅਤੇ ਮੈਂ ਆਖਿਆ ਚਲੋ ਮੈਂ ਆਪਣੇ ਬਾਈਆਂ ਨੂੰ ਯਾਦ ਕਰ ਲਵਾਂ, ਯਾਰ ਤੁਸੀਂ ਕੋਈ ਨਹੀਂ ਹੋ, ਪਿਆਰ ਨਹੀਂ ਹੋ ਵਿਖਾ ਰਹੇ, ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਹੋ ਪੇ ਕਰਦੇ, ਵੀਡੀਓ ਨੂੰ ਲਾਈਕ ਵੀ ਨਹੀਂ ਹੋ ਪੇ ਕਰਦੇ, ਤਾਂ ਜਿਹੜਾ ਨਾ ਵੀਡੀਓ ਨੂੰ ਲਾਈਕ ਵੀ ਯਾਰ ਕੀਤਾ ਕਰੋ, ਬੰਦੇ ਨੂੰ ਹੌਸਲਾ ਹੋ ਜਾਂਦਾ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਕਰੋ ਤਾਂ ਕਿ ਸਾਨੂੰ ਵੀ ਜਿਹੜਾ ਨਾ ਪਤਾ ਲੱਗੇ ਵੀ ਮੇਰੇ ਭਾਈ ਮੈਨੂੰ ਵੇਖ ਰਹੇ ਅਤੇ ਮੈਨੂੰ ਪਸੰਦ ਕਰ ਰਹੇ। ਅਤੇ ਹੁਣ ਮੈਂ ਆ ਘਰ ਆ ਕੇ ਮਜ਼ੀਦ ਜਿਹੜੀ ਵੀ ਅਪਡੇਟ ਹੋਈ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਸਾਂ। ਅਤੇ ਇੱਕ ਵਾਰੀ ਮੈਂ ਨੈੱਟ ਵੀ ਵੇਖ ਲਿਆ, ਇਹਦੇ ਵਿੱਚ ਵੀ ਪਾਣੀ ਖਲੋਤਾ ਜਿਤਨੀ ਤੇਜ਼ ਧੁੱਪ ਹੈ, ਇਹ ਵੀ ਸੁੱਕ ਪੈਣਾ ਸ਼ਾਮ ਤੱਕ, ਨਹੀਂ ਤਾਂ ਉੱਥੇ ਥੋੜ੍ਹੀ ਬਾਲੀ ਮਿੱਟੀ ਵਗਾ ਲਸਾਂ, ਜੋ ਵੀ ਕੀਤਾ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਸਾਂ। ਹੁਣ ਇੱਕ ਵਾਰੀ ਬਹਿੰਦੇ ਹਾਂ ਘਰ ਮੈਂ ਇੱਕ ਵੇਖਦੇ ਹਾਂ ਜਿਹੜੀ ਵੀ ਅਪਡੇਟ ਹੋਈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਨਾਲ ਤੁਹਾਨੂੰ ਸਾਰੀ ਸੂਰਤ ਹਾਲ ਵਿਖਾਉਂਦੇ ਹਾਂ ਬਈ ਟਰੈਕਟਰ ਕਿੱਦਾਂ ਕਿੱਥੋਂ ਹੁਣ ਕੰਮ ਲੱਗਣਾ, ਇਸ ਤੋਂ ਪਿੱਛੇ ਸਾਰਾ ਕੁਝ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਸਾਂ। ਅਤੇ ਮੈਂ ਤੁਹਾਨੂੰ ਵੇਖਾਉਂਦਾ ਇੱਕ ਵਾਰੀ ਮੈਂ ਘਰ ਪਹੁੰਚ, ਇਹ ਵੇਖ ਸਕਦੇ ਹੋ ਜੀ ਇਹ ਟਰੈਕਟਰ ਵੀ ਸਾਡਾ ਖਲੋਤਾ, ਤਾਂ ਉਹ ਦੂਜਾ ਵੀ ਖਲੋਤਾ, ਅਤੇ ਜਿਹੜਾ ਨਾ ਹੁਣ ਬਹਿੰਦਾ ਮੈਂ ਘਰ ਘਰ ਵਾਂਗ ਕੇ, ਇੱਕ ਸਾਡਾ ਟਰੈਕਟਰ ਜੇ ਲੋਡ ਖਲੋਤਾ ਜਿਹੜਾ ਸਾਡਾ ਨਵਾਂ, ਉਹ ਕੱਲ੍ਹ ਮੈਂ ਆ ਗਿਆ ਸਨੈਟ ਦੇ ਟਾਈਮ 'ਤੇ ਵਾਪਸ, ਅਤੇ
ਉਹ ਇੱਥੇ ਪਲਾਟ ਤਾਂ ਖਾਲੀ ਕਰਨਾ, ਇੱਕ ਪਲਾਟ ਵੀ ਹੈ ਅਤੇ ਉਹ ਵੀ ਹੁਣ ਵੇਖੋ ਕਿਸ ਟਾਈਮ ਅਸੀਂ ਖਾਲੀ ਕਰਦੇ ਹਾਂ, ਜਿਸ ਟਾਈਮ ਵੀ ਕੀਤਾ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰ ਸਕਦਾ। ਮੈਂ ਹੁਣ ਇੱਕ ਵਾਰੀ ਵਹਿਣਾ ਸ਼ਹਿਰ ਤੱਕ, ਹੁਣ ਮੈਨੂੰ ਕਾਲ ਆਈ ਬਾਈ ਅਸੀਂ ਵਹਿਣਾ ਸਿਰਗੋਦ ਦੇ ਤਾਂ ਗੱਡੀ ਦਾ ਉਹ ਇੱਕ ਟਾਇਰ ਪੰਚਰ ਹੈ ਉਹ ਸੈੱਟ ਕਰਾਉਂਦਾ, ਮੈਂ ਤੁਹਾਨੂੰ ਵਿਖਾਉਂਦਾ ਅਤੇ ਉਹ ਟਾਇਰ ਨੂੰ ਪੰਚਰ ਲਗਾਉਂਦਾ ਹਾਂ, ਬਾਅਦ ਕੋਸ਼ਨ ਸਾਫ ਕਰਸਾਂ ਅਤੇ ਬਾਅਦ ਤੁਹਾਡੇ ਨਾਲ ਸਿਰਗੋਦ ਦਾ ਵੀ ਜਿਹੜਾ ਆਉਣਾ ਜਰਨੀ ਤੁਹਾਡੇ ਨਾਲ ਸਾਰੀ ਸ਼ੇਅਰ ਕਰਸਾਂ। ਜੀ ਅਤੇ ਜਨਾਬ ਟਾਇਰ ਮੈਂ ਸਾਰਾ ਖੋਲ੍ਹ ਛੱਡੇ ਹੋਏ ਅਤੇ ਹੁਣ ਮੋਟਰਸਾਈਕਲ ਦਾ ਇੰਤਜ਼ਾਰ ਹੈ। ਇੱਕ ਅੱਬੂ ਲੈ ਕੇ ਗਿਆ ਅਤੇ ਇੱਕ ਨਿੱਕਾ ਬਾਈਕ ਕਾਲਜ ਗਿਆ, ਉਦੋਂ ਵਾਪਸ ਆਉਂਦਾ ਅਤੇ ਬਾਅਦ ਕੋਈ ਮੋਟਰਸਾਈਕਲ ਦਾ ਜਿਹੜਾ ਨਾ ਸੂਟ ਤਿਆਰ ਬਣਾਉਂਦੇ ਹਾਂ ਅਤੇ ਸਾਨੂੰ ਪੰਚਰ ਲਵਾ ਕੇ ਲੈ ਆਉਂਦੇ ਹਾਂ, ਕਿਉਂਕਿ ਖਲੋਤੀ ਰਹੀ ਤਾਂ ਇਸ ਦੀ ਵਜ੍ਹਾ ਤੋਂ ਜਿਹੜਾ ਨਾ ਥੋੜ੍ਹੀ ਜਿਹੀ ਖਰਾਬ ਹੋਈ ਟਾਇਰ ਵਾ। ਤੋਂ ਤੁਹਾਨੂੰ ਪਤਾ ਇਹ ਯੋਕੋਹਾਮਾ ਕੇ ਪਤਾ ਨਹੀਂ ਕਿਹੜੀ ਕੰਪਨੀ ਦੇ ਟਾਇਰ ਹੈ, ਨਹੀਂ ਖਲੋਤੇ ਰਹਿੰਦੇ ਸਨ, ਪਤਾ ਨਹੀਂ ਕਿਦਾਂ ਸੇਮ ਗਿਆ ਹੈ। ਜੋ ਵੀ ਕੀਤਾ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਸਾਂ, ਇੱਕ ਦੁਕਾਨ ਵਾਲੇ ਮੈਨੂੰ ਵਿਖਾ ਛੱਡਸਾਂ, ਦੁਕਾਨ ਵਾਲੇ ਪੰਚਰ ਵਾਲੇ ਬਾਈ ਜਿਹੜਾ ਆਖਿਆ ਵਾ ਤੁਹਾਡੇ ਨਾਲ, ਤੁਹਾਨੂੰ ਵੀ ਦੱਸਾਂ ਵਾ ਕੀ ਹੋਇਆ ਟਾਇਰ ਨੂੰ, ਕਿਉਂ ਇਸ ਖਲੋਤੇ ਖਲੋਤੇ ਹਵਾ ਲਾ ਛੱਡੀ। ਤਰੇ ਦਿਹਾੜੇ ਠੀਕ ਖਲੋਤਾ ਰਿਹਾ, ਬਿਲਕੁਲ ਪੂਰੀ ਹਵਾ ਆਈ, ਚੌਥੇ ਦਿਹਾੜੇ ਬਾਅਦ ਤੋਂ ਅਚਾਨਕ ਹਵਾ ਲਾ ਗਿਆ ਜੀ, ਆਰਾਮ ਨਾਲ ਲਾਇਸ ਜੋ ਵੀ ਕੀਤਾ, ਕਿਉਂਕਿ ਅਸੀਂ ਤਾਂ ਕੰਮ ਤਾਂ ਮੈਂ ਮੇਰੇ ਵਾਪਸ ਆਇਆ ਤਾਂ ਮੈਂ ਆ ਕੇ ਤੱਕੀ ਅਤੇ ਜਿਹੜਾ ਉਹਨੂੰ ਪੰਚਰ ਹੋਈ ਪਈ ਆਈ, ਅਤੇ ਇਹ ਵੇਖ ਸਕਦੇ ਹੋ ਇਹ ਲੋਡ ਟਰਾਲੀ ਖਲੋਤੀ ਜਿਹੜੇ ਅਸੀਂ ਖਾਲੀ ਕਰਨੀ, ਅਤੇ ਖਾਲੀ ਤੁਹਾਨੂੰ ਮੈਂ ਦੱਸਦਾ ਜਿੱਥੇ ਬੰਜ ਅਸੀਂ ਅਗਰ ਮੈਂ ਖਾਲੀ ਕੀਤੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ, ਨਹੀਂ ਤਾਂ ਅਗਰ ਅੱਬੂ ਹੋਰੀ ਖਾਲੀ ਕੀਤੀ ਤਾਂ ਵਾਸਤੇ ਮਾਜ਼ਰਤ, ਅਤੇ ਹੁਣ ਜਿਹੜਾ ਨਾ ਤੁਹਾਡੇ ਨਾਲ ਮੈਂ ਮਿਲਦਾ ਥੋੜ੍ਹੀ ਦੇਰ ਤੱਕ, ਬਸ ਜਿਹੜਾ ਮੈਂ ਇੱਕ ਵਾਰੀ ਨਹਾ ਧੋ ਕੇ ਯਾਰ ਕੱਪੜੇ ਚੇਂਜ ਕਰ ਲਵਾਂ, ਮੈਂ ਜੇ ਹੁਣ ਨਹਾ ਕੇ ਹੀ ਕੱਪੜੇ ਪਾਏ ਤਾਂ ਲੇਕਿਨ ਪਸੀਨਾ ਇਤਨੇ ਕਾ ਗਿਆ, ਇੱਕ ਵਾਰੀ ਨਹਾ ਲਈਏ ਨੇ, ਇੱਕ ਹੋਰ ਵਾਰੀ ਫਰੈਸ਼ ਹੋ ਗਏ ਸਾਂ, ਤਾਂ ਫਿਰ ਬਸ ਜਿਹੜੀ ਵੀ ਅਪਡੇਟ ਕੀਤੀ ਤੁਹਾਡੇ ਨਾਲ ਸ਼ੇਅਰ ਕਰਸਾਂ। ਅੱਜ ਕੋਈ ਵਾਲ ਛਾਲ ਤਾਂ ਦਾੜੀ ਵਾਲਾ ਵੀ ਕਰਦੇ ਹਾਂ, ਹੁਣ ਬਸ ਮੋਟਰਸਾਈਕਲ ਦੇ ਇੰਤਜ਼ਾਰ ਆ, ਉਹ ਆ ਗਿਆ ਤਾਂ ਬਸ ਸਾਰੇ ਕੰਮ ਹੋਣੇ, ਕਿਉਂਕਿ ਮੋਟਰਸਾਈਕਲ ਤੋਂ ਬਗੈਰ ਤਾਂ ਤੁਹਾਨੂੰ ਪਤਾ ਸਾਡੇ ਜਿਹੜੇ ਡੇਰੇ ਤੋਂ ਸ਼ਹਿਰ ਥੋੜ੍ਹਾ ਜਿਹਾ ਦੂਰ ਬਣਦਾ, ਮੋਟਰਸਾਈਕਲ ਆ ਗਿਆ ਬਸ ਵਹਿੰਦੇ ਹਾਂ, ਅਤੇ ਇਤਨੀ ਦੇਰ ਮੈਂ ਜਾਂ ਤੁਹਾਡੇ ਦਿਨ ਮੋਬਾਈਲ ਯੂਜ਼ ਕਰ ਲਵਾਂ, ਅਤੇ ਇਤਨੀ ਦੇਰ ਤੁਹਾਡੀ ਤੁਸੀਂ ਕੀ ਕਰਨਾ, ਤੁਸੀਂ ਵੀ ਕੁਝ ਨਾ ਕਰੋ ਨਾ, ਚੈਨਲ ਨੂੰ ਸਬਸਕ੍ਰਾਈਬ ਕਰ ਛੱਡੋ ਤਾਂ ਯਾਰ, ਵੀਡੀਓ ਨੂੰ ਲਾਈਕ ਕਰੋ ਤਾਂ ਕਿ ਜਿਹੜਾ ਨਾ ਮਜ਼ਾ ਆਵੇ ਯਾਰ ਸਾਨੂੰ ਵੀ, ਅਤੇ ਬੈਲ ਆਈਕਨ ਨੂੰ ਵੀ ਦਬਾ ਲਿਆ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤਾਂ ਆਉਂਦੀ ਰਹੇ, ਅਤੇ ਹੁਣ ਇਨਸ਼ਾਅੱਲਾ ਅਗਰ ਤੁਸੀਂ ਮੇਰੀ ਵੀਡੀਓ ਤਾਂ 100 ਲਾਈਕ ਕਰ ਛੱਡਿਆ ਇਸ ਵੀਡੀਓ 'ਤੇ, ਅਤੇ ਮੈਂ ਵੱਦ ਟਰਾਲੀ ਵਿੱਚ ਸਵਿਮਿੰਗ ਪੂਲ ਬਣਾਉਣ ਵਾਲਾ ਚੈਲੰਜ ਕਰ ਸਕਾਂ, ਕਿਉਂਕਿ ਸਾਰੇ ਹੀ ਤਕਰੀਬਨ ਉਹ ਚੈਲੰਜ ਕਰ ਦੇਣ ਸਵਿਮਿੰਗ ਪੂਲ ਵਾਲਾ, ਅਤੇ ਉਹ ਟਰਾਲੀ ਵਿੱਚ ਵਾ ਅਸੀਂ ਕਰ ਸਾਂ, ਇਸ ਟਰਾਲੀ 'ਚ ਕਰ ਲਸਾਂ ਜਾਂ ਦੂਜੀ ਸਾਡੀ ਗ੍ਰੀਨ ਵਾਲੀ ਟਰਾਲੀ ਜਿਹੜੀ ਉਸ ਅੰਦਰੋਂ ਅੱਛੀ ਤਰੀਕੇ ਨਾਲ ਧੋ ਕੇ ਬਾਅਦ ਦੇ ਵਿੱਚ ਸਵਿਮਿੰਗ ਪੂਲ ਬਣਾਉਣ ਵਾਲਾ ਚੈਲੰਜ ਕਰਸਾਂ, ਅਤੇ ਬਸ 100 ਲਾਈਕ ਕਰ ਛੱਡੋ ਨਾ, ਬਾਅਦ ਇਨਸ਼ਾਅੱਲਾ ਜਿਹੜਾ ਨਾ ਕਰਦੇ ਹਾਂ, ਤੁਹਾਡੇ 100 ਲਾਈਕ ਦਾ ਇੰਤਜ਼ਾਰ ਹੈ, ਇਨਸ਼ਾਅੱਲਾ ਬਾਅਦ ਸਵਿਮਿੰਗ ਪੂਲ ਵਾਲਾ ਚੈਲੰਜ ਕਰਸਾਂ ਅਸੀਂ। ਅਲਹਮਦੁਲਿਲਾ ਜੀ, ਅਸੀਂ ਘਰੋਂ ਨਿਕਲ ਚੁੱਕੇ ਹਾਂ ਸਰਗੋ ਦਾ ਵਾਸਤੇ, ਅਤੇ ਵੇਖ ਸਕਦੇ ਹੋ ਅਸੀਂ ਰਾਹ ਵਿੱਚ ਹਾਂ, ਬਸ ਹੁਣ ਸਰਗੋ ਦਾ ਪਹੁੰਚ ਕੇ ਤੁਹਾਡੇ ਨਾਲ ਬਾਕੀ ਸਾਰੀ ਰੂਟੀਨ ਸ਼ੇਅਰ ਕਰਦੇ ਹਾਂ, ਅਤੇ ਇਤਨੇ ਤੁਹਾਡੀ ਤੁਸੀਂ ਜਿਹੜਾ ਨਾ ਵੀਡੀਓ ਲਾਈਕ ਕਰ ਛੱਡੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਨਾ, ਬੈਲ ਆਈਕਨ ਨੂੰ ਵੀ ਦਬਾ ਛੋੜਿਆ ਹੈ। ਅਲਹਮਦੁਲਿਲਾ ਜੀ, ਅਸੀਂ ਸਰਗੋ ਦੇ ਤੋਂ ਵੀ ਬਿਲਕੁਲ ਫ੍ਰੀ ਹੋ ਚੁੱਕੇ ਹਾਂ, ਤਾਂ ਹੁਣ ਨਿਕਲ ਚੁੱਕੇ ਹਾਂ ਅਸੀਂ ਵਾਪਸੀ ਵਾਸਤੇ, ਬਸ ਸਾਡਾ ਇਤਨਾ ਸਾਰਾ ਹੀ ਕੰਮ ਆਈ ਬਾਈ, ਘੰਟਾ ਡੇਢ ਹੀ ਲੱਗਾ, ਅਤੇ ਹੁਣ ਬਸ ਫ੍ਰੀ ਹੋ ਗਏ ਹਾਂ, ਹੁਣ ਬੰਦੇ ਪਏ ਹਾਂ ਵਾਪਸ ਘਰ ਪਹੁੰਚ ਕੇ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ, ਘਰ ਪਹੁੰਚਦਿਆਂ ਪਹੁੰਚਦਿਆਂ ਤਾਂ ਰਹੋ ਪੈਣਾ, ਅਤੇ ਥੋੜ੍ਹੀ ਜਿਹੀ ਵੀਡੀਓ ਦੀ ਕੁਆਲਿਟੀ ਡਾਊਨ ਹੋਣੀ, ਇਸ ਤੋਂ ਮਾਜ਼ਰਤ, ਬਾਕੀ ਤੁਸੀਂ ਵੀਡੀਓ ਇੰਜੋਏ ਕਰੋ, ਅਤੇ ਅਸੀਂ ਬਸ ਬੁਲਵਾਲ ਪਹੁੰਚ ਲਈਏ, ਸਰਗੋਦੇ ਤੋਂ ਨਿਕਲਦੇ ਹਾਂ, ਸਾਨੂੰ 5-7 ਮਿੰਟ ਹੋ ਗਏ, ਮਜ਼ੀਦ ਹੁਣ ਰੋਡ ਬਿਲਕੁਲ ਨਵੀਂ ਬਣ ਚੁੱਕੀ, ਤਾਂ 15-20 ਮਿੰਟਾਂ 'ਚ ਅਸੀਂ ਘਰ ਪਹੁੰਚ ਪੈਣਾ। ਜੀ ਬੁਲਵਾਲ ਆ ਗਏ ਹਾਂ ਜੀ, ਅਤੇ ਵੇਖ ਸਕਦੇ ਹੋ ਤੁਸੀਂ ਅੰਧੇਰਾ ਹੋ ਗਿਆ, ਅਤੇ ਯਾਰ ਮੀਟਰ ਵਿੱਚ ਤੁਸੀਂ ਲਾਈਟ ਚੈੱਕ ਕਰ ਰਹੇ ਹੋ ਇਸ਼ਾਰੇ ਦੀ, ਇਹ ਪਤਾ ਨਹੀਂ ਸਨ ਕਿ ਮਸਲਾ ਕਿਸੇ ਟਾਈਮ ਔਨ ਕਰਵਾਉਂਦੀ ਹੈ, ਵੀ ਚੈੱਕ ਲਾਜ਼ਮੀ ਕਰਾਉਣ। ਠੀਕ ਵਾ ਚਾਚੂ, ਅਲਹਮਦੁਲਿਲਾ ਜੀ, ਸਰਗੋਦਾ ਸੇ ਹਮ ਆ ਚੁੱਕੇ ਹੈ ਵਾਪਸ, ਔਰ ਅਬ ਹਮ ਆਪਕੋ ਜਾ ਕੇ ਮਿਲਤੇ ਹੈ ਘਰ, ਚਾਚੂ ਲੋਗੋਂ ਕੋ ਘਰ ਉਤਾਰ ਦੀ ਹੈ, ਔਰ ਜਾਤੇ ਹਮ ਸੀਧਾ ਘਰ, ਘਰ ਜਾ ਕੇ ਆਪਸੇ ਮੁਲਾਕਾਤ ਕਰ। ਅਲਹਮਦੁਲਿਲਾ ਜੀ, ਅਤੇ ਰਾਤੀ ਅਸੀਂ ਆ ਗਏ ਸਾਂ ਸਰਗੋਦੇ ਵਾਪਸ, ਅਤੇ ਜਿਹੜਾ ਨਾ ਬੜੀ ਲੇਟ ਹੋ ਗਈ, ਇਸ ਤੋਂ ਮੈਂ ਆਖਿਆ ਵਲੋਗ ਐਂਡ ਸੋਭੇ ਕਰ ਲਸਾਂ, ਅਤੇ ਰਾਤੀ ਬੜਾ ਪਿਆਰਾ ਹੀ ਮੌਸਮ ਬਣ ਗਿਆ, ਬਾਰਿਸ਼ ਵਾਲਾ ਮੌਸਮ ਬਣ ਗਿਆ, ਲੇਕਿਨ ਜਿਹੜਾ ਨਾ ਥਕਾਵਟ ਵੀ ਬੜੀ ਜ਼ਿਆਦਾ ਹੋ ਗਈ, ਮੈਂ ਨਾ ਉਦੋਂ ਆਉਂਦੇ ਹਾਂ ਸਾਡੇ ਨਾ ਉਹਦਾ ਹੋ ਗਿਆ, ਜਿਸ ਦੀ ਵਜ੍ਹਾ ਤੋਂ ਮੈਂ ਵਲੋਗ ਐਂਡ ਨਹੀਂ ਕੀਤਾ, ਰਾਤ ਵੀ ਬਹੁਤ ਹੋ ਗਈ ਆਈ, ਅਤੇ ਜਿਹੜਾ ਨਾ ਹੁਣ ਮੈਂ ਅੱਜ ਦੇ ਵਲੋਗ 'ਚ ਤੁਸੀਂ ਇਜਾਜ਼ਤ ਦਿਓ, ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਸਵੇਰੇ ਇੱਕ ਨਵੇਂ ਵਲੋਗ ਦੇ ਅੰਦਰ। ਉਹ ਵਲੋਗ ਥੋੜ੍ਹਾ ਜਿਹਾ ਜਿਹੜਾ ਨਾ ਕੱਲ੍ਹ ਵਾਲਾ ਬੀਨ ਜੀ ਡਿਸਟਰਬ ਹੋ ਰਿਹਾ, ਕਿਉਂਕਿ ਚਾਚੂ ਹਰੀ ਨਾਲ ਆਉਣ ਤੋਂ ਮੈਂ ਤੁਹਾਨੂੰ ਸਿੱਧੀ ਗੱਲ ਪਹਿਲੇ ਵਲੋਗ ਵਿੱਚ ਹੀ ਦੱਸੀ ਆਈ ਕਿ ਜਿਹੜਾ ਨਾ ਮੈਂ ਉਹਨਾਂ ਤੋਂ ਬੜਾ ਚੱਲਦਾ ਬਾਈ, ਉਹ ਥੋੜ੍ਹੇ ਜਿਹੇ ਸਖਤ ਮਿਜ਼ਾਜ ਦੇ ਬੰਦਨ ਤਾਂ ਗੱਡੀ 'ਚ ਲੈਂਦੇ ਹਾਂ, ਮੋਬਾਈਲ ਨਹੀਂ ਇਸਤੇਮਾਲ ਕਰਨ ਦੇ, ਅਤੇ ਕੱਲ੍ਹ ਵਾਲਾ ਵਲੋਗ ਵੀ ਥੋੜ੍ਹਾ ਚੇਂਜ ਹੀ ਰਹਿ ਗਿਆ, ਪਹਿਲੇ ਅਸੀਂ ਸਰਗੋਦਾ ਗਏ ਰਹੇ ਹਾਂ, ਉੱਥੇ ਫ੍ਰੀ ਹੋਏ ਹਾਂ, ਸਾਢੇ 7:30 ਵਜੇ ਫ੍ਰੀ ਹੋਇਆ ਵਾ, ਅਤੇ
ਉੱਥੇ ਪੁੱਛਣੀ ਆਈ ਉਹ ਕੀਤੀ ਉਹ ਫ੍ਰੀ ਆਉਂਦੇ ਹੁੰਦੇ ਹਾਂ ਸਰ 9 ਉੱਥੇ ਹੀ ਹੋ ਗਏ ਨੇ ਉਦੋਂ ਆਉਂਦੇ ਹਾਂ 10 10:30 ਹੋ ਗਏ ਘਰ ਅਪੜਦਿਆਂ ਮੈਂ 11 ਹੋ ਗਿਆ ਅੰਤਮ ਮੈਂ ਬੜਾ ਜ਼ਿਆਦਾ ਹੀ ਥੱਕ ਹੋਇਆ ਮੈਂ ਸਹਿ ਗਿਆ ਅਤੇ ਬਸ ਅੱਜ ਦੇ ਵਲੋਗ ਤੋਂ ਮੈਨੂੰ ਤੁਸੀਂ ਜ਼ਿਆਦਾ ਦਿਨ ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਸੁਬਹਾ ਇੱਕ ਨਵੇਂ ਵਲੋਗ ਦੇ ਅੰਦਰ ਅਤੇ ਸੁਬਹਾ ਜੁੰਮਾ ਅਤੇ ਜਿਹੜਾ ਨਾ ਯਾਨੀ ਸੁਬਹਾ ਤੱਕ ਉਹ ਨਹੀਂ ਅੱਜ ਜੁੰਮਾ ਅਤੇ ਅੱਜ ਜੁੰਮੇ ਦੇ ਵਲੋਗ ਤੁਹਾਨੂੰ ਵਿਖਾਉਂਦੇ ਹਾਂ ਜਿਹੜਾ ਅਸੀਂ ਮੁੰਜੀ ਵਾਸਤੇ ਕਣ ਛਣ ਕੱਢੋ ਸਾਰਾ ਤੁਹਾਨੂੰ ਵਿਖਾਉਂਦੇ ਹਾਂ ਅਤੇ ਜਿਹੜਾ ਨਾ ਲਾਜ਼ਮੀ ਵਲੋਗ ਵੇਖਣਾ ਤਾਂ ਤੁਸੀਂ ਬੈੱਲ ਆਈਕਨ ਨੂੰ ਵੀ ਲਾਜ਼ਮੀ ਦਬਾ ਛੱਡਿਆ ਤਾਂ ਕਿ ਮੇਰੀ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੋਂ ਆਉਂਦੀ ਰਹੇ ਅਤੇ ਲਵ ਯੂ ਹੋ ਗਿਆ ਅੱਲਾ ਹਾਫਿਜ਼ ਟੇਕ ਕੇਅਰ।